ਨੂੰ ਉਡੇਲ ਦਿੰਦਾ, ਇਸ ਤਰ੍ਹਾਂ ਉਹ ਹਰੀ ਦੇ ਗੁਣ ਜੋ ਹੈ ਗਾਉਂਦਾ। ਲੜੀ ਵਾਰ ਆਪ ਬਾਕੀ ਵਿਚਾਰ ਜੋ ਹੈ ਸਰਵਨ ਕਰੋ, ਚੇਤੇ ਰੱਖਣਾ ਇਸ ਗੱਲ ਨੂੰ। ਸਾਇੰਸ ਦੀ ਖੋਜ ਅੱਖ ਅਤੇ ਬੁੱਧ ਦੀ ਖੋਜ ਹੈ, ਪਰਮਾਤਮਾ ਦਾ ਆਨੰਦ ਹਿਰਦੇ ਅਤੇ ਰਸਨਾ ਦਾ ਆਨੰਦ ਔਰ ਰਸਨ ਰਸਾ ਹੈ। ਜਪਦਿਆਂ ਜਪਦਿਆਂ ਰਸ ਆਉਣ ਲੱਗ ਪਿਆ ਕਿਉਂਕਿ ਹਿਰਦਾ ਉਡੇਲ ਦਿੱਤਾ। ਐਸਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਮਾਨ ਕਰ ਰਹੇ ਨੇ। ਅੱਗੇ ਸਰਵਨ ਕਰੋ, ਛੰਦ ਲੰਬਾ, ਅਖਰੀ ਅਰਥ ਸਰਵਨ ਕਰੋ। ਹਾਂਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦਾ ਰਸਨ ਰਸਾਏ। ਗੁਰੂ ਤੋਂ ਪ੍ਰੇਰਿਤ ਹੋ ਕੇ, ਗੁਰੂ ਤੋਂ ਮਤ ਲੈ ਕੇ ਗੁਰਮੁਖ ਪ੍ਰਭੂ ਦੇ ਗੀਤ ਗਾਉਂਦਾ, ਰਸਨਾ ਨਾਲ ਹਿਰਦੇ ਨੂੰ ਜੋੜ ਕੇ ਰਸ ਨਾਲ ਭਰ ਜਾਂਦਾ, ਆਨੰਦ ਨਾਲ ਭਰ ਜਾਂਦਾ। ਹਾਂਜੀ, ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿਜ ਸੁਭਾਏ। ਉਸ ਪਰਮਾਤਮਾ ਨੂੰ ਜਦ ਭਾਗ ਹੈ, ਭਾਵਨਾ ਉਡੇਲ ਦਿੱਤੀ ਤੋ ਰਸ ਨਾਲ ਭਰ ਗਏ। ਰਸਨ ਰਸਾਏ, ਰਸ ਨਾਲ ਭਰ ਗਏ, ਰਸ ਦਾ ਸਾਗਰ ਬਣ ਗਏ, ਆਨੰਦ ਦਾ ਸਾਗਰ ਬਣ ਗਏ। ਹਾਂਜੀ, ਆਣ ਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਾ ਲਿਵ ਲਾਏ। ਸ਼ਬਦ ਵਿੱਚ ਲਿਵ ਜੋੜ ਕੇ ਦਿਨ ਰਾਤ ਇਸੇ ਹੀ ਰਸ ਦਾ ਉਹ ਭੋਗ ਭੋਗਦੇ ਨੇ, ਇਸੇ ਹੀ ਆਨੰਦ ਦੇ ਜੋ ਹੈ ਦਿਨ ਰਾਤ ਜੋ ਹੈ ਰਹਿੰਦੇ ਨੇ, ਕਦੇ ਵੀ ਇਸ ਆਨੰਦ ਤੋਂ ਉਹਨਾਂ ਦਾ ਵਿਛੋੜਾ ਨਹੀਂ ਆਉਂਦਾ। ਹਾਂਜੀ, ਵੱਡਾ ਭਾਗ ਗੁਰ ਪੂਰਾ ਪਾਈਆ ਆਣ ਦਿਨ ਨਾਮ ਧਿਆਏ। ਕਿਧਰੇ ਕਿਸਮਤ ਹੋਵੇ ਭਾਗ ਵੱਡੇ ਹੋਣ, ਭਾਗ ਕਹਿੰਦੇ ਨੇ ਹਿੱਸੇ ਨੂੰ, ਕਿਧਰੇ ਹਿੱਸਾ ਵੱਡਾ ਹੋਵੇ ਤਾਂ ਫਿਰ ਮਨੁੱਖ ਇਸ ਤਰ੍ਹਾਂ ਦੇ ਗੀਤ ਦਿਨ ਰਾਤ ਗਾਉਂਦਾ, ਦਿਨ ਰਾਤ ਪ੍ਰਭੂ ਦੇ ਗੀਤ ਗਾਉਂਦਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ। ਹਾਂਜੀ, ਸਹਿਜ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ। ਮਨ ਅਡੋਲ ਹੋ ਗਿਆ, ਨੇਚਲ ਹੋ ਗਿਆ ਤਾਂ ਉਸ ਨੇਚਲ ਦੀ ਪ੍ਰਾਪਤੀ ਹੋ ਗਈ। ਸਹਿਜ ਮਨ ਦਾ ਅਡੋਲ ਹੋ ਜਾਣਾ, ਟਿਕਾਓ ਨੇਚਲ। ਜੈਸੇ ਮਨ ਨੇਚਲ ਹੋਇਆ ਰਸਨਾ ਨਾਲ ਹਿਰਦੇ ਨੂੰ ਜੋੜਿਆ ਤੋ ਨੇਚਲ ਦੀ ਪ੍ਰਾਪਤੀ ਹੋ ਗਈ, ਉਸ ਸਹਿਜ ਦੀ ਪ੍ਰਾਪਤੀ ਹੋ ਗਈ ਸਹਿਜ ਕਰਕੇ, ਔਰ ਜੀਵਨ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਹਾਂਜੀ, ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ। ਸੰਤਾਂ ਦੀ ਸੰਗਤ ਨਸੀਬ ਹੋਈ ਜਿਸ ਤੋਂ ਇਹ ਪ੍ਰੇਰਣਾ ਮਿਲੀ, ਔਰ ਜੋ ਸੰਤਾਂ ਦੀ ਸੰਗਤ ਵਾਸਤਵਿਕ ਹਰੀ ਦਾ ਸਰੋਵਰ ਹੈ ਉਹਦੇ 'ਚ ਇਸ਼ਨਾਨ ਕੀਤਾ, ਪੂਰਾ ਇਸ਼ਨਾਨ ਕੀਤਾ, ਉਸਦੇ ਨਾਲ ਹੋਇਆ ਕੀ। ਹਾਂਜੀ, ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ। ਇਸ ਦੇ ਨਾਲ ਤਨ ਅਤੇ ਮਨ ਸਾਡਾ ਪਾਵਨ ਹੋ ਗਿਆ, ਕਿਉਂਕਿ ਹਰੀ ਦੇ ਸਰੋਵਰ ਦੇ ਜਲ ਸੀ, ਹਰੀ ਦੇ ਗੁਣ ਹਰੀ ਦੇ ਗੀਤ ਉਹ ਗਾਏ, ਉਸ ਸਰੋਵਰ ਦੇ 'ਚ ਇਸ਼ਨਾਨ ਕੀਤਾ ਹੈ ਪੂਰਾ ਮਨ ਨੇ। ਇਸ ਤਰ੍ਹਾਂ ਅਸੀਂ ਤਨ ਕਰਕੇ ਮਨ ਕਰਕੇ ਨਿਰਮਲ ਹੋ ਗਏ, ਪਾਵਨ ਹੋ ਗਏ। ਹਾਂਜੀ, ਦੁਰਮਤ ਮੈਲ ਗਈ ਭਰਮ ਭਾਗਾ ਹਉਮੈ ਬਿਨਠੀ ਪੀਰਾ। ਜਿਹੜੀ ਦੁਰਮਤੀ ਦੀ ਮੈਲ ਸੀ, ਮਨਮਤ ਦੀ ਮੈਲ ਸੀ, ਉਹ ਸਾਰੀ ਦੀ ਸਾਰੀ ਚਲੀ ਗਈ, ਔਰ ਉਸਦੇ ਨਾਲ ਹੀ ਹੰਕਾਰ ਹਉਮੈ ਇਹ ਵੀ ਨਾਸ ਹੋ ਗਈ, ਜੋ ਬੜੀ ਪੀੜਾ ਦੇਣ ਵਾਲੀ ਹਉਮੈ ਸੀ ਇਹਦਾ ਵੀ ਭੋਗ ਪੈ ਗਿਆ, ਇਹਦਾ ਵੀ ਅੰਤ ਹੋ ਗਿਆ। ਹਾਂਜੀ, ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਵਾਸਾ। ਜਦ ਪ੍ਰਭੂ ਦੀ ਮਿਹਰ ਦੀ ਨਿਗਾਹ ਆਉਂਦੀ ਹੈ ਤੋ ਗੁਰੂ ਦੀ ਸੰਗਤ ਨਸੀਬ ਆਉਂਦੀ ਹੈ, ਅਤੇ ਗੁਰੂ ਦੀ ਸੰਗਤ ਦੁਆਰਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਨਿੱਜੀ ਥਾਂ ਦੀ ਪ੍ਰਾਪਤੀ ਆਉਂਦੀ ਹੈ, ਆਪਣੇ ਘਰ ਦੀ ਪ੍ਰਾਪਤੀ ਆਉਂਦੀ। ਹਾਂਜੀ, ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ। ਹਰੀ ਦੇ ਨਾਮ ਦੇ ਨਾਲ ਰਸਨਾ ਨਾਲ ਜਪ ਕਰਦਿਆਂ ਜਦ ਹਿਰਦਾ ਜੋੜਿਆ, ਇਸੇ ਰਸ ਦੇ ਜੋ ਹੈ ਡੁੱਬ ਕੇ
ਇਸੇ ਹੀ ਮੰਗਲ ਨੂੰ ਗਾ ਕੇ ਪਰਮ ਆਨੰਦ ਨੂੰ ਪ੍ਰਾਪਤ ਕੀਤਾ, ਘਰ ਦੀ ਪ੍ਰਾਪਤੀ ਕੀਤੀ, ਆਪਣੇ ਅਸਥਾਨ ਵਿੱਚ ਵਾਸਾ ਮਿਲਿਆ। ਹਾਂਜੀ, ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ। ਗੁਰਮੁਖ ਹੋ ਕੇ ਜਦ ਪ੍ਰਭੂ ਦਾ ਨਾਮ ਸਿਮਰਿਆ, ਉਹਦੇ 'ਚ ਧਿਆਨ ਜੋੜਿਆ, ਅੰਦਰ ਜਿਹੜੇ ਰਤਨ ਨੇ, ਸਾਗਰ ਨੂੰ ਰਤਨਾਗਰ ਕਹਿੰਦੇ ਨੇ, ਮਨੁੱਖ ਦਾ ਜੀਵਨ ਵੀ ਰਤਨਾਗਰ ਹੈ, ਇਹ ਸਾਰੇ ਰਤਨ ਅੰਦਰ ਪਏ ਨੇ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸਰਾਮ। ਗੁਰਮੁਖ ਹੋ ਕੇ ਜਦ ਜਪ ਕੀਤਾ, ਇਹਨਾਂ ਅੰਦਰ ਦੇ ਰਤਨਾਂ ਦੀ ਸੋਝ ਮਿਲੀ ਤੇ ਫਿਰ ਪ੍ਰਾਪਤ ਹੋਏ। ਹਾਂਜੀ, ਪਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ। ਸ਼ਬਦ ਨਾਲ ਜੈਸੇ ਹਿਰਦਾ ਜੋੜਿਆ ਗੁਰਮੁਖ ਹੋ ਕੇ, ਅਗਿਆਨ ਦਾ ਅੰਧਕਾਰ ਨਾਸ ਹੋ ਗਿਆ, ਤੋ ਜਨਮ ਮਰਨ ਦੀ ਜਿਹੜੀ ਭਟਕਣਾ ਚੱਲ ਰਹੀ ਸੀ ਉਹ ਵੀ ਖਤਮ ਹੋ ਗਈ। ਹਾਂਜੀ, ਗਿਆਨ ਪ੍ਰਚੰਡ ਬਲਿਆ ਘਟ ਚਾਨਣ ਹਰਿਮੰਦਰ ਸੁਹਾਇਆ। ਗਿਆਨ ਦਾ ਦੀਪਕ ਪ੍ਰਚੰਡ ਹੋ ਗਿਆ, ਬਲ ਗਿਆ, ਅੰਧਕਾਰ ਸਾਰੇ ਦਾ ਸਾਰਾ ਨਾਸ ਹੋ ਗਿਆ, ਔਰ ਉਸ ਰੋਸ਼ਨੀ ਨਾਲ ਹਿਰਦੇ ਦਾ ਘਰ, ਜੀਵਨ ਦਾ ਘਰ, ਸਰੀਰ ਦਾ ਘਰ ਸੁਹਾਵਣਾ ਹੋ ਗਿਆ, ਆਨੰਦਮਈ ਹੋ ਗਿਆ, ਸ਼ੋਭਨੀਕ ਹੋ ਗਿਆ, ਸੁੰਦਰ ਬਣ ਗਿਆ। ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਭਾਇਆ। ਤਨ ਤੇ ਮਨ ਦਾ ਸ਼ਿੰਗਾਰ ਕੀ ਹੈ? ਸੇਵਾ ਤਨ ਦਾ ਸ਼ਿੰਗਾਰ ਹੈ, ਸਿਮਰਨ ਮਨ ਦਾ ਸ਼ਿੰਗਾਰ ਹੈ। ਜਦ ਇਸ ਤਰ੍ਹਾਂ ਦਾ ਸ਼ਿੰਗਾਰ ਕੀਤਾ ਤੋ ਪਰਮਾਤਮਾ ਨੂੰ ਪਾ ਗਏ, ਪਰਮਾਤਮਾ ਨੂੰ ਚੰਗੇ ਲੱਗੇ। ਹਾਂਜੀ, ਜੋ ਪ੍ਰਭ ਕਹਾ ਸੋਈ ਪਰ ਕੀਜਾ ਨਾਨਕ ਅੰਕ ਸਮਾਇਆ। ਜੋ ਪ੍ਰਭੂ ਆਖਦਾ, ਜੈਸੀ ਪ੍ਰਭੂ ਪ੍ਰੇਰਨਾ ਦਿੰਦਾ ਵੈਸਾ ਹੀ ਉਹ ਮੰਨਦੇ ਨੇ। ਜੋ ਹੋ ਜਾਂਦਾ ਇਹ ਪ੍ਰਭੂ ਦੀ ਪ੍ਰੇਰਨਾ, ਜੋ ਹੋ ਜਾਂਦਾ ਇਹ ਪ੍ਰਭੂ ਦਾ ਹੁਕਮ, ਜੋ ਹੋ ਗਿਆ ਉਸਨੇ ਆਖਿਆ ਤਾਂ ਹੋਇਆ, ਉਸੇ ਨੂੰ ਖਿੜੇ ਮੱਥੇ ਤਸਲੀਮ ਕਰ ਲੈਣਾ, ਕਬੂਲ ਕਰ ਲੈਣਾ। ਐਸੀ ਜਿਸ ਦੀ ਮਨੋ ਬਿਰਤੀ ਹੋ ਜਾਂਦੀ ਹੈ, ਪਰਮਾਤਮਾ ਨੂੰ ਉਹ ਭਾ ਜਾਂਦੇ ਨੇ, ਈਸ਼ਵਰ ਨੂੰ ਉਹ ਭਾ ਜਾਂਦੇ ਨੇ, ਅਤੇ ਜੋ ਈਸ਼ਵਰ ਨੂੰ ਭਾ ਜਾਂਦਾ ਹੈ ਸਭ ਕੁਝ ਉਸਦੀ ਚੋਲੀ ਵਿੱਚ ਹੈ, ਸਾਰਾ ਆਨੰਦ ਉਸਦੇ ਕੋਲ ਹੈ। ਹਾਂਜੀ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਪ੍ਰਭੂ ਨੇ ਆਪ ਹੀ ਇਹ ਕਾਰਜ ਰਚਾਇਆ ਅਤੇ ਉਹ ਪਰਿਪੂਰਨ ਪਰਮਾਤਮਾ ਆਪ ਲਾੜਾ ਬਣ ਕੇ ਵਿਆਹਣ ਵਾਸਤੇ ਆ ਗਿਆ ਜੀਵ ਆਤਮਾ ਨੂੰ। ਇਸੇ ਦਾ ਹੀ ਜ਼ਿਕਰ ਕਬੀਰ ਕਰਦੇ ਨੇ, ਗਾਓ ਗਾਓ ਰੀ ਦੁਲਨਿਆ ਮੰਗਲ ਚਾਰਾ, ਅਮਰੇ ਗ੍ਰਹਿ ਆਏ ਰਾਜਾ ਰਾਮ ਦੁਆ। ਫਿਰ ਕਹਿੰਦੇ ਨੇ, ਮੇਰਾ ਵਿਆਹ ਵੇਖਣ ਵਾਸਤੇ ਕੌਣ ਕੌਣ ਆਏ ਨੇ? ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੈਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਉਸ ਦਿਨ ਮੈਂ ਇਸ ਸੰਬੰਧੀ ਸਾਰਾ ਖੁਲਾਸਾ ਕੀਤਾ ਸੀ, ਅੱਜ ਇਤਨਾ ਹੀ। ਪੁਰਸ਼ ਪੁਰਸ਼ ਹੈ, ਪ੍ਰਭੂ ਦੇ ਗੀਤ ਗਾਉਂਦਿਆਂ ਗਾਉਂਦਿਆਂ ਜਦ ਜੁੜ ਜਾਂਦਾ, ਉਹਦੇ ਅੰਦਰ ਜਿਹੜਾ ਨਾਰੀ ਤੱਤ ਅਧੂਰਾ ਹੈ ਉਹ ਵੀ ਪੂਰਨ ਉਜਾਗਰ ਹੋ ਕੇ ਪ੍ਰਗਟ ਹੋ ਜਾਂਦਾ। ਉਹਦੇ ਬੋਲਾਂ ਵਿੱਚ ਹਲੇਮੀ ਆ ਜਾਂਦੀ ਹੈ, ਮਿਠਾਸ ਆ ਜਾਂਦੀ ਹੈ, ਬਾਰੀਕੀ ਆ ਜਾਂਦੀ ਹੈ, ਸੁਭਾਅ ਉਹਦੇ 'ਚ ਬਰਦਾਸ਼ਤ ਦਾ ਮਾਦਾ ਆ ਜਾਂਦਾ, ਬਹੁਤ ਕੁਛ ਆ ਜਾਂਦਾ। ਤੋ ਐਸੇ ਪੁਰਸ਼ ਕਈ ਦਫ਼ਾ ਫਿਰ ਉਹ ਬੋਲ ਬੋਲਦੇ ਨੇ ਜੋ ਇਸਤਰੀ ਦੇ ਬੋਲ ਨੇ, ਪੁਰਸ਼ ਦੇ ਬੋਲ ਨਹੀਂ ਨੇ। ਤੋ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਪ੍ਰਭੂ ਨੇ ਆਪ ਕਾਰਜ ਰਚਾਇਆ ਅਤੇ ਵਿਆਹਣ ਵਾਸਤੇ ਆ ਗਿਆ। ਹਾਂਜੀ, ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨਕੰਤ ਪਿਆਰੀ। ਗੁਰਮੁਖ ਹੋ ਕੇ ਆਪਣੇ ਕੰਤ ਦੀ ਜੋ ਹੈ ਪ੍ਰਾਪਤੀ ਕੀਤੀ, ਉਹ ਵਿਆਹਣ ਵਾਸਤੇ ਆ ਗਿਆ ਹੈ, ਅਤੇ ਹੁਣ ਕੰਤ ਨੂੰ ਇਹ ਜੀਵ ਆਤਮਾ ਪਿਆਰੀ ਲੱਗਣ ਲੱਗੀ ਹੈ, ਪਰਮਾਤਮਾ ਨੂੰ ਇਹ ਜੀਵ ਪਿਆਰਾ ਲੱਗਣ ਲੱਗ ਪਿਆ। ਹਾਂਜੀ, ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ। ਇਸ ਕਾਰਜ ਦੀ ਖੁਸ਼ੀ ਦੇ ਸੰਤ ਜਨਾ ਨੇ ਮਿਲ ਕੇ ਮੰਗਲ ਗਾਏ ਨੇ, ਛੰਦ ਗਾਏ ਨੇ, ਵੀ ਐਸਾ ਸੰਯੋਗ ਬਣਿਆ, ਐਸਾ ਆਨੰਦ ਬਣਿਆ। ਹਾਂਜੀ, ਸੁਰ ਨਰ ਗਾਣ ਗੰਧਰਵ ਮਿਲ ਆਏ ਆਪੂਰਵ ਜੰਜ ਬਣਾਏ। ਜਦ ਵੀ ਕਦੀ ਸੁਰਤ ਤੇ ਸ਼ਬਦ ਦਾ ਮੇਲ ਆਉਂਦਾ ਤੇ ਐਸਾ ਆਨੰਦ ਬਣਦਾ ਹੈ। ਬ੍ਰਹਿਮੰਡ ਦੇ ਜਿੰਨੀਆਂ ਸੂਕਸ਼ਮ ਰੂਹਾਂ ਨੇ, ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ, ਉਹ ਪ੍ਰਸੰਨ ਹੁੰਦੇ ਨੇ, ਦੇਖਣ ਆਉਂਦੇ ਦੇਖਣ ਆਉਂਦੇ
ਇਸ ਨੂੰ ਹੁਣ ਭਾਵੇਂ ਤੁਸੀਂ ਕੁਛ ਆਖੋ, ਪਰ ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ। ਚਲੋ ਮੈਂ ਕਹਿ ਦਿਆਂ, ਜਿਤਨੇ ਤੁਸੀਂ ਇੱਥੇ ਬੈਠੇ ਹੋ, ਮੈਂ ਸਮਝਦਾ ਸਤਸੰਗ ਦੇ 'ਚ ਇਤਨੀਆਂ ਸੂਖਸ਼ਮ ਰੂਹਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ, ਫਰਿਸ਼ਤੇ ਕਹਿੰਦੇ ਹਾਂ। ਜਿੰਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਹੋ ਜਾਂਦਾ, ਇਹਨਾਂ ਦੇ ਸੰਸਕਾਰਾਂ ਦੇ ਅਨੁਕੂਲ ਇਹਨਾਂ ਨੂੰ ਮਾਂ ਨਹੀਂ ਮਿਲਦੀ, ਇਹ ਅਗਰ ਉਹਨਾਂ ਦੇ ਅੰਦਰ ਸੰਸਕਾਰ ਹਿੰਦੂ ਦੇ ਪ੍ਰਬਲ ਨੇ ਤਾਂ ਮੰਦਰ ਵਿੱਚ ਰਹਿਣਗੇ, ਮੁਸਲਮਾਨ ਦੇ ਪ੍ਰਬਲ ਨੇ ਤਾਂ ਖਾਨਾ ਕਾਬਾ ਵਿੱਚ ਰਹਿਣਗੇ, ਔਰ ਸਿੱਖ ਹੈ ਅਤੇ ਗੁਰਬਾਣੀ ਦੇ ਸੰਸਕਾਰ ਪ੍ਰਬਲ ਹੋਏ ਇਹ ਗੁਰਦੁਆਰੇ ਰਹੇਗਾ। ਮੈਂ ਸ਼ਾਇਦ ਤੁਹਾਨੂੰ ਸੁਣਾਇਆ ਸੀ, ਕੋਈ ਜ਼ਰੂਰ ਸੇਵਾਦਾਰ ਬਾਬਾ ਨਿਧਾਨ ਸਿੰਘ ਜੀ ਦੇ ਡੇਰੇ ਰਹਿ ਗਿਆ ਸੀ ਮਰਨ ਤੋਂ ਬਾਅਦ, ਸਰੀਰਕ ਮੌਤ ਤੋਂ ਬਾਅਦ। ਲੰਗਰ ਦੇ ਖੋਲ੍ਹਣ ਦਾ ਜਿਹੜਾ ਸਮਾਂ ਆਉਂਦਾ ਸੀ, ਉਸ ਤੋਂ ਪਹਿਲੇ ਹੀ ਅੱਧਾ ਘੰਟਾ ਉਹ ਡਰੰਮ ਵਜਾਉਣ ਲੱਗ ਪੈਂਦਾ ਸੀ। ਪਹਿਲੇ ਤਾਂ ਸਾਰੇ ਡਰ ਗਏ ਸਨ ਵੀ ਇਹ ਕੀ ਹੋਣ ਲੱਗ ਪੈਂਦਾ। ਅਰਦਾਸ ਕੀਤੀ ਗਈ, ਪਰ ਉਹ ਲੰਬੇ ਟਾਈਮ ਤੱਕ ਤਾਂ ਨਹੀਂ ਵੱਜਦਾ ਸੀ, ਇੱਕ ਮਿੰਟ ਵੱਜਦਾ ਸੀ। ਹਜ਼ਾਰਾਂ ਮਨੁੱਖਾਂ ਨੇ ਉਸ ਨੂੰ ਸੁਣਿਆ। ਮੈਂ ਹਜ਼ੂਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਥਾ ਕਰਕੇ ਇੱਕਦਮ ਨੱਸ ਪੈਂਦਾ ਸੀ ਉਹ ਡਰੰਮ ਦੀ ਆਵਾਜ਼ ਸੁਣਨ ਵਾਸਤੇ। ਉਦੋਂ ਹੈੱਡ ਪੁਜਾਰੀ ਸਨ ਬਾਬਾ ਮੋਹਨ ਸਿੰਘ, ਇੱਕ ਦਿਨ ਮੇਰੀ ਬਾਂਹ ਪਕੜ ਲਈ, ਕਹਿਣ ਲੱਗੇ ਰੋਜ਼ ਅਰਦਾਸ ਸੁਣ ਕੇ ਜਾਂਦੇ, ਨੱਸਦੇ ਕਿਉਂ, ਭੱਜਦੇ ਕਿਉਂ? ਮੈਂ ਕਿਹਾ ਗੱਲ ਹੈ, ਉਹ ਡਰੰਮ ਦੇ ਵੱਜਣ ਦਾ ਟਾਈਮ ਹੋ ਗਿਆ, ਆਪਾਂ ਸੁਣਨਾ। ਮੈਂ ਕਿਹਾ ਮੇਰੀ ਸਮਝ 'ਚ ਨਹੀਂ ਆਈ ਗੱਲ, ਮੇਰੀ ਅਕਲ ਦੰਗ ਰਹਿ ਗਈ। ਹੋਰ ਤਾਂ ਸਿਲਸਿਲੇ ਮੈਂ ਦੇਖੇ ਸਨ ਕਈ, ਪਰ ਇਹ ਲੰਗਰ ਖੋਲ੍ਹਣ ਤੋਂ ਪਹਿਲੇ, ਤਾਂ ਕਿ ਸਾਰੇ ਸਾਵਧਾਨ ਹੋ ਜਾਣ। ਹੁਣ ਦੋ ਇੱਕ ਸਾਲ ਤੋਂ ਅਦਕੀ ਗਏ ਹਾਂ, ਦੱਸਦੇ ਸਨ ਦੋ ਸਾਲ ਤੋਂ ਨਹੀਂ ਵੱਜ ਰਿਹਾ, ਲੱਗਦਾ ਕਿਧਰੇ ਜਨਮ ਹੋ ਗਿਆ। ਪਰ ਡਰੰਮ ਉਹਨਾਂ ਨੇ ਲੰਗਰ ਦੇ ਵਿੱਚ ਹੀ ਰੱਖਿਆ, ਵਿਚਕਾਰ ਸਜਾ ਕੇ ਰੱਖੇ ਹੋਇਆ। ਬਸ ਇਤਨਾ ਹੀ ਮੈਂ ਤੁਹਾਨੂੰ ਆਖ ਸਕਦਾ, ਵਰਨਾ ਹਰ ਵੱਡੇ ਗੁਰਦੁਆਰੇ 'ਚ ਜਿੱਥੇ ਸਤਸੰਗ ਬਹੁਤਾ ਹੁੰਦਾ ਹੈ, ਕਥਾ ਕੀਰਤਨ ਬਹੁਤ ਆਉਂਦੀ ਹੈ, ਦੇਵਤੇ ਹੁੰਦੇ ਨੇ। ਕਹਿੰਦੇ ਨੇ ਮਹਾਤਮਾ ਬੁੱਧ ਨੂੰ ਜਦ ਪਹਿਲ ਆਨੰਦ ਦੀ ਪ੍ਰਾਪਤੀ ਹੋਈ, ਉਹ ਗਾਲਬਨ 20 ਦਿਨ ਚੁੱਪ ਰਹਿ। ਉਹ ਜਿਹੜੀਆਂ ਸੂਖਸ਼ਮ ਰੂਹਾਂ ਸਨ, ਉਹ ਕੁਝ ਸੁਣਨਾ ਚਾਹੁੰਦੀਆਂ ਸਨ, ਮੈਨੂੰ ਮਿਲਿਆ ਕੁਛ, ਦਿਸਦਾ ਪਿਆ, ਪਰ ਇਹ ਤਾਂ ਚੁੱਪ ਕਰ ਗਏ, ਉਹ ਕੀ ਨਹੀਂ ਪਿਆ ਬੋਲਦਾ। ਕਹਿੰਦੇ ਉਹਨਾਂ ਨੇ ਉਕਸਾਇਆ। ਇਹਨਾਂ ਬੋਧੀਆਂ ਦੀ ਕਥਾ ਇੰਝ ਹੈ, ਦੇਵਤਿਆਂ ਨੇ ਉਕਸਾਇਆ ਤਾਂ ਉਹ ਬੋਲੇ, ਤਾਂ ਉਹਨਾਂ ਦੀ ਜ਼ਬਾਨ 'ਚੋਂ ਕੁਛ ਅਗੰਮੀ ਬੋਲ ਨਿਕਲੇ, ਬਚਨ ਨਿਕਲੇ, ਦੇਵਤੇ ਪ੍ਰਸੰਨ ਹੋਏ। ਕਬੀਰ ਕਹਿੰਦੇ ਨੇ ਸੁਰ ਨਰਮ ਹੋਣੇ ਜਨ ਕੌਤਕ ਆਏ ਕੋਟ ਤੇ ਤੀਸ ਉਜਾਨਾ, ਭਗਤ ਕਬੀਰ 33 ਕਰੋੜ ਦੇਵਤਾ, ਇਹ ਸੂਖਸ਼ਮ ਰੂਹਾਂ ਮੇਰਾ ਇਹ ਆਨੰਦ ਦੇਖਣ ਵਾਸਤੇ ਆਈਆਂ। ਜਦ ਵੀ ਕਿਸੇ ਦੀ ਪਹਿਲੀ ਸਮਾਧੀ ਲੱਗਦੀ ਹੈ, ਆਨੰਦ ਬਣਦਾ ਹੈ। ਇਸ ਤਰ੍ਹਾਂ ਦੀਆਂ ਰੂਹਾਂ ਜਿਨ੍ਹਾਂ ਦਾ ਜੇ ਜਨਮ ਨਹੀਂ ਹੋਈਆਂ, ਪਵਿੱਤਰ ਹੈ। ਇਹ ਕੌਣ ਆਉਂਦੇ ਨੇ? ਜਿਵੇਂ 100 ਮੀਲ ਦੀ ਵਾਟ ਹੋਵੇ, ਕੋਈ 60 ਮੀਲ ਚੱਲਿਆ, 70, 80, 90, ਸਰੀਰ ਦਾ ਅੰਤ ਹੋ ਗਿਆ, ਮੰਜ਼ਿਲ ਤੱਕ ਨਹੀਂ ਪਹੁੰਚੇ। ਹੁਣ ਇਹ ਐਸੀ ਮਾਂ ਲੱਭਣਗੇ, ਜੇ ਆਪ 60 ਮੀਲ ਚੱਲੇ ਸਨ ਤਾਂ ਕੋਈ ਮਾਂ ਵੀ 60 ਮੀਲ ਚੱਲੀ ਹੋਵੇ, ਉਹਦੀ ਕੁੱਖ ਦੇ 'ਚ ਪ੍ਰਵੇਸ਼ ਕਰਦੇ ਨੇ, ਦੂਜੇ 'ਚ ਨਹੀਂ। ਤੋ ਇਹਨਾਂ ਵਿਚਾਰਿਆਂ ਨੂੰ ਲੰਬੀ ਉਡੀਕ ਕਰਨੀ ਪੈਂਦੀ। ਹੁਣ ਇਤਨੀ ਪਵਿੱਤਰ ਮਾਂ ਕਠਿਨ ਹੈ, ਔਖੀ ਖੇਡ, ਇਹਨਾਂ ਨੂੰ ਉਡੀਕ ਕਰਨੀ ਪੈਂਦੀ। ਔਰ ਤਰਸਦੇ ਨੇ ਕਿ ਸਾਡਾ ਜਨਮ ਹੋਵੇ ਅਤੇ ਜਿਹੜੀ ਵਾਟ ਰਹਿੰਦੀ ਉਹ ਪੂਰੀ ਕਰੀਏ, ਇਸ ਦੇ ਹੀ ਕੋ ਸਿਮਰੇ ਦੇਵਤੇ ਚਾਹੁੰਦੇ ਨੇ ਦੇਹੀ ਮਿਲੇ। ਔਰ ਹਰ ਇੱਕ ਮਾਂ ਦੇ ਰਾਹੀਂ ਉਹ ਆਉਣਾ ਨਹੀਂ ਚਾਹੁੰਦੇ,
ਹਰ ਇੱਕ ਪਿਤਾ ਦੇ ਰਾਹੀਂ ਉਹ ਆਉਣਾ ਨਹੀਂ ਚਾਹੁੰਦੇ। ਇਸ ਵਾਸਤੇ ਇਹਨਾਂ ਨੂੰ ਉਡੀਕ ਬੜੀ ਲੰਬੀ ਕਰਨੀ ਪੈਂਦੀ ਹੈ। ਮਾੜੀਆਂ ਮਾਵਾਂ ਮੌਜੂਦ ਨੇ, ਭੈੜੇ ਪਿਤਾ ਮੌਜੂਦ ਨੇ, ਤੋ ਭੈੜੀਆਂ ਰੂਹਾਂ ਦੇ ਰੋਜ਼ ਜਨਮ ਹੋ ਰਹੇ ਨੇ, ਗੁਸਤਾਖੀਆਂ ਹੋ ਰਹੇ ਨੇ। ਉਹਨਾਂ ਲਈ ਦਰਵਾਜ਼ੇ ਖੁੱਲ੍ਹੇ ਨੇ, ਉਹ ਤੇ ਆ ਰਹੇ ਨੇ, ਖੂਬ ਆ ਰਹੇ ਨੇ। ਉਡੀਕ ਦੇਵਤਿਆਂ ਨੂੰ ਕਰਨੀ ਪੈਂਦੀ, ਲੰਬੀ ਕਰਨੀ ਪੈਂਦੀ। ਚਲੋ ਮੈਂ ਇੱਥੇ ਕਹਿਣਾ ਤਾਂ ਨਹੀਂ ਸੀ, ਪਰ ਮੈਂ ਕਹਿ ਰਿਹਾ। ਇੱਕ ਇਸ ਤਰ੍ਹਾਂ ਦੀ ਆਤਮਾ ਇੱਥੇ ਵੀ ਹੈ। ਮੈਂ ਉਸਨੂੰ ਸੁਤੇ ਸਿੱਧ ਕਿਹਾ, ਜਦ ਤੂੰ ਇਤਨਾ ਪਵਿੱਤਰ ਹੈ, ਸ਼ੇਖ ਹੈ, ਅਤੇ ਮੈਂ ਕਿਹਾ ਤੂੰ ਮੈਨੂੰ ਸਾਰੀ ਕੁਰਾਨ ਸੁਣਾ ਦਿੱਤੀ। ਹਾਲਾਂਕਿ ਸਿੱਖ ਬੀਬੀ ਹੈ, ਹੈਰਾਨਗੀ ਹੋਈ ਮੈਨੂੰ, ਤੂੰ ਮੈਨੂੰ ਕੁਰਾਨ ਸੁਣਾ ਦਿੱਤੀ ਔਰ ਸੁਰ ਦੇ ਸੁਣਾ ਦਿੱਤੀ, ਅਰਥ ਵੀ ਸੁਣਾ ਰਹੇ ਹੋ, ਭਟਕ ਕਿਉਂ ਰਹੇ ਹੋ, ਕਿਉਂ ਭਟਕਦੇ ਪਏ? ਉਹਦਾ ਕਹਿਣਾ ਸੀ ਮੈਂ ਰੋਜ਼ ਦਰਬਾਰ ਸਾਹਿਬ ਆਉਂਦਾ, ਕੁਛ ਸਪਰਸ਼ ਕਰਨ ਨੂੰ ਜੀ ਕਰਦਾ, ਲੰਗਰ ਵੀ ਛਕਣ ਨੂੰ ਜੀ ਕਰਦਾ, ਪ੍ਰਸ਼ਾਦ ਵੀ ਲੈਣ ਨੂੰ ਜੀ ਕਰਦਾ, ਇਹਦੇ ਆਸਰੇ 'ਤੇ ਮੈਂ ਲੈਂਦਾ, ਮੇਰੇ ਕੋਲ ਦੇਹੀ ਨਹੀਂ ਹੈ, ਨਹੀਂ ਹੈ। ਪਤਾ ਨਹੀਂ ਕਿਤੇ ਮੈਨੂੰ ਵਹਿਮੀ ਨਾ ਸਮਝ ਲੈਣਾ। ਅਤੇ ਮੈਂ ਕਿਹਾ ਜਦ ਤੂੰ ਇਤਨੀ ਤੜਪ ਰੱਖਦਾ, ਮੁਸਲਮਾਨ ਆਉਂਦਾ ਆਇਆ ਦਰਬਾਰ ਸਾਹਿਬ ਦੀ ਇਤਨੀ ਤੜਪ ਰੱਖਦਾ, ਇਤਨੀ ਖਿੱਚ, ਆਏ ਦਿਨ ਇੱਥੇ ਕਰਿਸ਼ਮੇ ਹੁੰਦੇ ਰਹਿੰਦੇ ਨੇ, ਇਸ ਚੱਕਰ 'ਚ ਨਾ ਪੈਣਾ ਕਿ ਕੋਈ ਕਦ ਕਰਿਸ਼ਮਾ ਹੋਇਆ ਹੈ, 30-40 ਕਰਿਸ਼ਮੇ ਤਿੱਥੇ ਅੰਮ੍ਰਿਤਸਰ 'ਚ ਕੁਝ ਐਸੀਆਂ ਬੀਬੀਆਂ ਮਿਲੀਆਂ, ਇੱਕ ਨੂੰ ਰਸੋਲੀ ਸੀ ਪੇਟ ਦੇ 'ਚ ਬੜੀ ਵੱਡੀ, ਉਹ ਕਿਤੇ 10 ਦਿਨ ਇੱਥੇ ਪ੍ਰਕਰਮਾ 'ਚ ਬੈਠ ਕੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦੀ ਰਹੀ, ਰਸੋਲੀ ਆਪੇ ਹੀ ਗਈ, ਆਪੇ ਹੀ ਗਈ। ਇਹ ਕਰਿਸ਼ਮੇ ਹੁੰਦੇ ਰਹਿੰਦੇ ਨੇ, ਜਿਵੇਂ ਵਾਸੂ ਭਾਰਦਵਾਜ ਨਾਲ ਹੋਏ, ਕਰਿਸ਼ਮੇ ਇੱਥੇ ਹੁੰਦੇ ਰਹਿੰਦੇ ਨੇ। ਇਹ ਉਹ ਸਿੰਘਾਸਣ ਹੈ, ਇਹ ਉਹ ਮੰਦਰ ਹੈ ਜਿੱਥੇ 24 ਘੰਟੇ ਪਰਮਾਤਮਾ ਬੋਲ ਰਿਹਾ, ਉਹਦੀ ਆਵਾਜ਼ ਗੂੰਜ ਰਹੀ ਹੈ। ਮੈਂ ਉਸਨੂੰ ਕਿਹਾ ਫਿਰ ਤੂੰ ਕਿਉਂ ਭਟਕ ਰਿਹਾ ਸ਼ੇਖ, ਇੰਨੀ ਪਵਿੱਤਰ ਰੂਹ, ਤੈਨੂੰ ਗੁਰਬਾਣੀ ਚੰਗੀ ਲੱਗਦੀ ਹੈ, ਮੈਨੂੰ ਕਹਿਣ ਲੱਗਾ ਮੈਂ ਜਦ ਕਥਾ ਕਰਦੇ ਹੋ ਤੁਹਾਡੇ ਕੋਲ ਬੈਠਾ ਹੁੰਦਾ। ਮੈਂ ਕਿਹਾ ਚਲੋ, ਅਤੇ ਹੁਣ ਪ੍ਰੂਫ ਕੀ? ਉਹ ਸੁਣਾਉਣ ਲੱਗ ਪਿਆ ਮੈਨੂੰ, ਕਥਾ ਸੁਣਾਉਣ ਲੱਗ ਪਿਆ, ਮੰਤਰ ਵੀ ਸੁਣਾਉਣ ਲੱਗ ਪਿਆ। ਮੈਂ ਕਿਹਾ ਹੱਦ ਹੋ ਗਈ, ਨਿਰਾਲੀ ਖੇਡ ਹੈ ਮੁਸਲਮਾਨ। ਫਿਰ ਮੈਂ ਹੈਰਾਨ ਹੋਇਆ, ਕਹਿੰਦਾ ਮੈਂ ਕਈਆਂ ਨੂੰ ਫਿਰ ਪਿੱਛੇ ਵੀ ਕੀਤਾ ਥੋੜ੍ਹਾ ਜਿਹਾ, ਇਹ ਵੀ ਮੈਂ ਹੈਰਾਨ ਹੋਇਆ, ਮੈਂ ਬਹੁਤਾ ਕੁਝ ਨਹੀਂ ਕਹਿੰਦਾ, ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ। ਮੈਂ ਵਾਰ ਵਾਰ ਕਿਹਾ ਫਿਰ ਤੂੰ ਭਟਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਕੋਈ ਮਾਂ ਮਿਲੇ ਤੇ ਆਵਾਂ, ਮਾਂ ਨਹੀਂ ਮਿਲਦੀ। ਅਤੇ ਮੈਂ ਕਿਹਾ ਤਾਂ ਵਾਰ ਵਾਰ ਦਾ ਜਨਮ ਸਿੱਧ ਹੋ ਗਿਆ, ਇਸਲਾਮ 'ਤੇ ਮੰਨਦਾ ਹੀ ਨਹੀਂ। ਕਹਿੰਦਾ ਨਾ ਮੰਨੇ, ਜਨਮ 'ਤੇ ਹੁੰਦਾ, ਸ਼ਮਸ ਤਬਰੇਜ਼ ਮੰਨਦੇ ਨੇ, ਬਾਜ਼ ਆਮਦਮ ਤਾਂ ਯਾਰ ਰਾਹ ਮੈਂ ਮਾਂ ਕੁਨਮ, ਮੈਂ ਇੱਕ ਦਫ਼ਾ ਦੁਨੀਆਂ 'ਚ ਆਇਆ, ਮੈਂ ਵਾਰ ਵਾਰ ਆਇਆ। ਉਹ ਕਹਿਣ ਲੱਗਾ ਕੀ ਕਰਾਂ, ਕੋਈ ਮਾਂ ਨਹੀਂ ਮਿਲਦੀ ਜੋ ਮੇਰੇ ਸੁਭਾਅ ਨਾਲ ਮੇਲ ਖਾਵੇ। ਇਹ ਉਸਨੇ ਤਸਲੀਮ ਕਰ ਲਏ। ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਤਿਸ ਕੋ ਲਾਗੇ ਗਾਲ ਤਿਸ ਮਾਤ ਕੀ ਜੇ, ਮੈਂ ਤਿੰਨ ਵਿਧਵਾ ਕੀ ਦੇ ਮੈਂ ਤਾਰੀ। ਮੈਂ ਤੇ ਪੰਕਤੀਆਂ ਗੁਰੂ ਰਾਮਦਾਸ ਜੀ ਦੀਆਂ ਪੜ੍ਹ ਕੇ ਦੰਗ ਰਹਿ ਗਿਆ ਸੀ। ਠੀਕ ਹੈ, ਉਹ ਸ਼ਬਦ ਤੇ ਹੈ ਉਹਨਾਂ ਦਾ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਪਰ ਦੂਜੇ ਸ਼ਬਦ 'ਚ ਕਹਿੰਦੇ ਨੇ ਉਹਦੀ ਕੁੱਲ ਨੂੰ ਗਾਲ ਲੱਗਦੀ ਹੈ, ਬਿਹਤਰ ਹੈ ਉਹਦੀ ਮਾਂ ਬੇਵਾ ਕਿਉਂ ਨਹੀਂ ਹੋ ਗਈ ਇਸ ਨੂੰ ਜਨਮ ਦੇਣ ਤੋਂ ਪਹਿਲੇ। ਜੋ ਦੁਸ਼ਟ ਹੈ, ਬਹੁਤ ਹੈ, ਜ਼ਾਲਮ ਹੈ, ਕਸਾਈ ਹੈ। ਮੈਂ ਕਿਹਾ ਹੱਦ ਹੋ ਗਈ, ਇੰਨਾ ਕੋਮਲ ਹਿਰਦਾ, ਐਸੇ ਬਚਨ, ਅਤੇ ਜਿਹੜਾ ਹੁਣ ਰਸਤੇ ਦੇ 'ਚ ਕੰਢੇ ਖਲੇਰ ਦੇ ਵਿੱਚ ਜਿੱਥੋਂ ਅਸੀਂ ਲੰਘਣਾ ਹੈ, ਅਸੀਂ ਉਸਨੂੰ ਦੁਸ਼ਟ ਆਖਾਂਗੇ। ਕੁਛ ਮਨੁੱਖ ਕੰਢਿਆਂ ਦੀ ਤਰ੍ਹਾਂ ਹੀ ਆਉਂਦੇ ਨੇ, ਜਿੱਥੇ ਜਾਣਗੇ, ਜਿੱਧਰੋਂ ਲੰਘੇ ਗਣ, ਚੁੱਭਦੇ ਹੀ ਜਾਣਗੇ, ਬਸ ਕੰਢੇ ਹੀ ਆਉਂਦੇ ਨੇ, ਕੰਢੇ ਹੀ ਆਉਂਦੇ ਨੇ।
एक सच्चाई है। उन्हें कहा जिस दिन मां मिली चला जावांगा, फिर मेरा भटकना मिट जाएगा, अजे ते मेरे कोले है। इस तरह के मैं अपनी जिंदगी सैकड़े देख चुके हैं। ज्ञानी बलविंदर सिंह कनेडा वाले बैठे ने, सियाटल की गल है। एक सज्जन कहन लगा स्टेज के उत्ते दो बाबे कौन बैठे ने, तो ये मेरे को पूछने वास्ते आ गए भी एक सिंह पूछता है थोड़े पिछे दो बाबे कौन बैठे ने। मैं क्या मेरा मुँह तो संगत की तरफ आता, मैं हूँ पिछे मुड़ के थोड़ी देखा। स्टेज के उत्ते उत्थे स्टेज ऐसी बनी हुई है, मतलब है कल्ले रागी सिंह बैठते हैं या कल्ला कथावाचक, इस तरह की बनी हुई। मैं क्या मैं कल्ला ही आना, मैनू नहीं उम्मीद कोई पिछे आंदा। जब तीन चार दिन उसने पूछे ना, तो ज्ञानी बलविंदर सिंह उस जगह पर आन बैठे भी देखते हैं, वह कहता इस तरह। फिर इन्हों धक्का पिया, फिर चीख भी निकली, फिर जारो जार रोन लग पे। मैनू कह लगे ज्ञानी जी तो बैठे ने। मैं क्या मैं सौ दफा थानू आखे तो थानू यकीन नहीं आया, जितने सत्संगी किसी मंदिर मस्जिद गुरुद्वारे च बैठे होंगे ने उतने ही देवते बैठे होंगे ने, उतने ही फरिश्ते बैठे होंगे। वो भी कीर्तन और कथा के माहौल उस वाइब्रेशन रेंदे ने जितने चिर तक उन्हों का जन्म ना हो जाए। किसी को दुख नहीं देंगे, किसी को परेशान नहीं करते, उन्हां दी इकट्ठ करके उल्टा वाइब्रेशन चंगी हो जाती है। कबीर कह रहे ने मेरा आनंद वेखण वास्ते इन्ने देवी देवते आए ने, सुर नर मुन जन कौतक आए कोट तैतीस उजाना, कहत कबीर मोहे ब्याह चले हैं पुरख एक भगवाना। परमात्मा मिल गए, मेरी आत्मा नाल सांझ पा ली है, ऐ मेरा कौतक वेखण वास्ते सारे देवते आ गए, चंगिया रूहां आ गई, सब फरिश्ते आ गए ने। यह नज़ारा पे जो है देखते ने। धन गुरु रामदास जी महाराज ऐसा ही फरमान कर रहे ने, एक ऐसा विआह होया कि गण गंधर्व ये ऋषि मुनि ये देवत्या दे कीर्तनी है, ये गायन करने वाले महान संगीतकार फरिश्ते सब देखण वास्ते आए ने। कौतक हां जी, नानक प्रभ पाया मैं सच्चा ना कदे मरा ना जाई। उस सच्चे प्रभु दी प्राप्ति हो गई है, जो ना मरदा है ना जांदा है, सदीवी आनंद दी प्राप्ति हो गई है। और एक अपूर्व जंज बनी है, भाव इस तो पहले कदी इस तरह दी नहीं। अपूर्व दा मतलब इन्ना है, पहले भी हुण होईयां होणगियां, पर आम ये शरीरक बरातां इस तरह की बरात पहले कदी नहीं। इस तरह का संजोग मेरी जिंदगी पहले पहली दफा होया। अपूर्व धन गुरु रामदास जी महाराज ने जो मूल सिद्धांतिक नुकता बयान किया, मैं एक दफा फिर दोहरा दें, जिंदगी भर चेते रखना, किसी को पूछना ना। प्रभु का आनंद प्राप्त करना है, रसना नाल हिरदा जोड़ दो बस। पदार्थ नूं समझना है, अख नाल बुद्ध जोड़े बिना नहीं समझ सकांगे। नाम दा रस माणना है, रसना नाल हिरदे नूं जोड़े बिना खेड नहीं बनेगी। जद जबान पाठ करे उहदे च हिरदा पूरा होवे, भावकता पूरी होवे। भावें थोड़ा पाठ कर, कई मिलदे ने तीन पाठ कीते ने अज सुखमनी साहब दे, मैनूं कहना पैंदा एक पंक्ति की छाप तेरे मस्तक ते नहीं है। एक अष्टपदी कर, पर जब रसना नाल गायन करें अष्टपदी नूं अपनी भावकता पूरी जोड़ दे, पूरी जोड़ दे, एक अष्टपदी खेड बना देगी। किनका एक जिस जी बसावे ताकि महिमा गनी ना आवे। इतने विचारां प्रवान करनियां, सारे का हार्दिक तौर पर धन्यवाद।
ਬੁੱਲ ਚੁੱਕਦੀ ਸ਼ਮਾ ਦਾਸ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।